हाँ जी भाई जी, सारे भी सत श्रीकाल जी। संदीप डेयरी फार्म तुहाड़ा बहुत बहुत वेलकम है जी। आदि अपने विजिट हैगी है जी, पिंड जैत सरजा जी, जिला गुरदासपुर रहिंदा, तहसील बटाला पैंदी है जी। तो अज फिर आपां रंधावा डेयरी फार्म पहुँच चुके हो जी। तो अज तो बाई कोल 25-25 किलो झोटियां मोहरां दीआं बकाऊ है जी। तो आओ हुण बाई ने गलबात करिए, इन्हां दा प्राइस की आ ते की मिल करकोड़ा। उस तो पहले वीर जी रिक्वेस्ट करदा तुहानूं पहलों कि जिहड़े वीर पहली वीडियो वेख रहे आ, उन्होंने भी रिक्वेस्ट आ कि अपने चैनल में सबसक्राइब कर जी, तो घंटी अपने जू दबान ता कि नवी वीडियो आ सके। वीर जी एक और रिक्वेस्ट आ, इतने आओ एक टाइम दो टाइम चुआई करो तो पास कर लेके जाओ। हम बाई जी ने गलबात करिए जी आप। हाँ जी बाई, सत श्रीकाल जी। होर बाई जी कि बड़ी चल रहा काम जी? हाँ जी काम ठीक है भाजी, वधिया पातशाह की कृपा जी। ਮੰਡੀ ਫਿਰ ਕੈਂਸਲ ਕਰਤਾ ਜੀ? ਮੰਡੀ ਨਾ ਵੀਰ ਜੀ, ਮੇਰਾ ਨਾ ਕੋਈ ਸਰੀਰ ਢਿੱਲਾ ਜਿਹਾ ਹੋ ਗਿਆ। ਹਾਂਜੀ ਹਾਂਜੀ, ਦੱਸੇ ਤੁਸੀਂ ਜੀ। ਝੋਟੀਆਂ ਤਾਂ ਬਹੁਤ ਚੰਗੀਆਂ ਆ, ਵੇਖ ਹੀ ਲੈਣੀਆਂ ਤੁਸੀਂ ਮੇਲੇ ਵਾਸਤੇ ਲਿਆਂਦੀਆਂ ਸੀ। ਠੀਕ ਹੈ ਜੀ। ਤੇ ਫਿਰ ਤੁਹਾਨੂੰ ਫੋਨ ਵੀ ਲਾਇਆ ਸੀ ਕਿ ਮੈਂ ਨਹੀਂ ਆਇਆ ਜਾਣਾ। ਹਾਂਜੀ ਹਾਂਜੀ, ਨਹੀਂ ਵੇਖਿਆ ਗਿਆ ਵੀਰ ਜੀ। ਬਿਲਕੁਲ ਜੀ ਬਿਲਕੁਲ। ਦਰਦ ਜੀ ਹੁੰਦਾ ਵੀ ਪਥਰੀ ਦੀ, ਤੇ ਫਿਰ ਹੁਣ ਆਪਰੇਟ ਕਰਾਉਣੀ ਉਹਦਾ, ਸਕੈਨ ਕਰਾਂਗੇ ਆਏ। ਤੇ ਆਹ ਫਿਰ ਚੰਗੇ ਰਿਕਾਰਡ ਕੱਢ ਕੇ ਲਿਆਂਦੇ ਜੀ। ਵੇਖ ਲਓ ਭਾਜੀ ਅੱਜ ਤੇ ਹਨਾ, ਇਹਦੇ ਤੇ ਉੱਤੇ ਤੇ ਰੱਬ ਦਾ ਨਾਂ ਹੀ। ਬਿਲਕੁਲ ਰੱਬ ਦਾ ਨਾਂ, ਵਾਕਈ ਸਹੀ ਕਹਿੰਦੇ। ਐਵੇਂ ਆਖੀ ਗਈ ਹੈ ਜਣਾ, ਰੱਬ ਦਾ ਨਾਂ ਹੀ ਹੈ। ਆਈਆਂ ਉਧਰ ਹਰਿਆਣਾ ਤੋਂ ਜੀ? ਹਰਿਆਣਾ ਤੋਂ। ਵੇਖ ਲਓ ਮੈਂ ਦੱਸਣ ਗਿਆ ਸੀ ਜਰਾ ਆਪ ਦਾ। ਕਰੀ ਸੋਈ ਫਿਰ ਇਹਦੇ ਬਾਰੇ ਦੱਸੋ ਜੀ ਪਹਿਲਾਂ। ਇਹ ਦੂਜਾ ਸੁਭਾਜੀ ਦੇ ਵਿੱਚ। ਹਾਂਜੀ ਦੂਜਾ ਸੁਭਾਜੀ ਮੂਹਣ 6 ਦੰਦ। ਅੱਛਾ ਜੀ। ਇਹਨੂੰ ਦੁੱਧ ਵਿੱਚ ਹੀ ਵੇਖੋ ਗੱਲ ਪਲਾ ਗਈ ਹੁੰਦੀ ਹੈ। ਇਹ ਹੁਣ ਲੋਕ ਕੀ ਦੱਸਣਗੇ ਕਿ ਕਿੰਨਾ ਦੁੱਧਾ ਮੈਂ ਨਹੀਂ ਫਿਰ ਵੀ ਆਈ ਦੇਖਣਾ ਜੀ। ਆਈਡੀਆ ਭਾਜੀ ਇਹਦੇ ਕੋਲ 23-24 ਕਿਲੋ ਤੋਂ ਬਾਹਰ ਦੁੱਧ। ਮਤਲਬ ਇੰਨਾ ਤਾਂ ਹੈਗਾ 12 ਕਿਲੋ 13 ਕਿਲੋ ਡੰਗ ਦਾ ਦੁੱਧ ਜੀ। ਵਾਹ ਜੀ। ਐਵੇਂ ਨਹੀਂ ਮੂੰਹੀਆਂ ਗੱਲਾਂ ਗੱਲ, ਕੋਈ ਵੇਖ ਲਓ ਟਾਈਮ, ਕੋਈ ਗੱਲ ਕੋਈ ਮਗਰ ਵੀ ਇਹਦੇ ਕੱਟੀ। ਇਹ ਮੇਲੇ ਵਾਸਤੇ ਮਈਆਂ ਲਿਆਂਦੀਆਂ ਮੈਂ ਸ਼ੌਂਕ। ਠੀਕ ਹੈ ਜੀ। ਪਰ ਜਾਇਆ ਨਹੀਂ ਗਿਆ ਇਸ ਕਰਕੇ ਕਿ ਮੇਰਾ ਸਰੀਰ ਥੋੜ੍ਹਾ ਢਿੱਲਾ ਹੋ ਗਿਆ, ਸਿਹਤ ਦੇ ਦੀ ਗੱਲਾਂ ਬੰਦਾ। ਹਾਂਜੀ ਹਾਂਜੀ। ਫਿਰ ਤੁਹਾਨੂੰ ਮੈਂ ਕਿਹਾ, ਮੈਂ ਕਿਹਾ ਚੱਲ ਘਰੇ ਵੇਚਣਾ। ਖੋਲੋ ਜੀ ਦੁੱਧ ਤੇ ਲਾ ਲਾਂਗੇ। ਬਿਲਕੁਲ ਜੀ, ਖੋਲੋ ਜੀ ਫਿਰ ਇਹਨੂੰ। ਦੇਖੋ ਜੀ 24 ਦੇ ਲਗਭਗ ਦੁੱਧ ਵਾਲੀ ਝੋਟੀ, ਦੂਜਾ ਸੂਆ ਆ ਦੇਖੋ ਜੀ, ਮਗਰ ਵੀ ਕੱਟੀ, ਮਗਰ ਵੀ ਭਾਜੀ ਕੱਟੀ, ਡਬਲ ਫਾਇਦਾ ਦੇਖੋ ਜੀ ਆ ਦੇਖੋ। ਪਰ ਬੜੀਆਂ ਕਰਮਾਂ ਨਾਲ ਲੱਭਦੀਆਂ ਝੋਟੀਆਂ ਜੀ, ਇਹੋ ਜਿਹੀਆਂ ਜਿਹੜੇ ਡਿਲੇਵੇ ਵਾਲੀਆਂ ਆ ਦੇਖੋ ਜੀ ਆ ਦੇਖੋ। ਹਾਂ ਦੋ ਉੱਥੇ ਪੰਜ ਪੰਜ ਭਾਜੀ ਲੱਖ ਮੰਗਦੇ, ਅਸੀਂ ਨਹੀਂ ਮੰਗ ਸਕਦੇ। ਬਿਲਕੁਲ ਭਾਜੀ ਬਿਲਕੁਲ 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 ਆ ਦੇਖੋ ਜੀ। ਹਜੇ ਟਾਈਮ ਵੀ ਕੁਛ ਟਾਈਮ ਹੀ ਹੋਇਆ ਨਾ ਜੀ। ਕਿੰਨਾ ਪਹੁੰਚੂ ਅਜੇ ਹੋਰ ਕਰੋਗੇ ਜੀ? ਦੁੱਧ ਕਿਲੋ ਦੋ ਕਿਲੋ ਹੋਰ ਵਧਾ ਸਕਦੀ ਹੈ ਜੇ ਮੈਲੇ ਤੇ ਨਹੀਂ ਆਈ, ਬਿਲਕੁਲ ਤਾਜ਼ੀ ਸੂਈ ਆ ਤੂੰ। ਠੀਕ ਹੈ ਜੀ, ਬਿਲਕੁਲ ਲੇਵਾ ਵਿੱਚ। ਮਤਲਬ ਇਸ 25 ਕਿਲੋ ਲਗਭਗ ਕਰ ਜਾਊ ਹੁਣ? ਹੈਗਾ ਨਹੀਂ? ਹੈਗਾ ਜੀ। ਅੱਛਾ ਹੈਗਾ 25 ਕਿਲੋ ਜੀ। ਪਹਿਲਾ ਸੂਆ 4 ਨਾ ਝੋਟੀ ਤੇ ਆ ਦੇਖੋ। ਵਾਹ ਜੀ। ਤੇ ਬਜੀ ਤੇ ਥੱਲੇ ਜੀ ਡਰਦੀ ਆ ਭਾਜੀ, ਕੱਕ ਉਹਨਾਂ ਨੇ ਬਾਗ ਲਈ ਨੇ ਕੱਕ ਜਾਓ ਪੁੱਤ, ਤੂੰ ਖੋਲ, ਤੈਨੂੰ ਕੁਛ ਨਹੀਂ ਆਉਂਦੀ। ਖੋਲ ਲੋ ਫਰਮਾਨ, ਇਧਰ ਲੰਮੀ ਤੋਰ ਲੈ। ਆ ਦੇਖੋ ਜੀ, ਆ ਦੇਖੋ ਜੀ, ਬਹੁਤ ਸੋਹਣੀ ਝੋਟੀ ਹੈ ਜੀ। 18 ਕਿਲੋ ਦੁੱਧ ਬੋਲੀ ਹੋ ਜੀ ਬੱਚੇ, 18 ਕਿਲੋ 18 ਕਿਲੋ ਬੋਲਾ ਹੀ ਹੈ ਜੀ ਅਜੇ ਇਸ ਟਾਈਮ। ਆ ਦੇਖੋ ਜੀ, ਆ ਦੇਖੋ ਤੁਸੀਂ ਕੱਦ ਕੱਢ ਦੇਖੋ ਜੀ, ਤਾਂ ਵੀਰ ਦੇ ਕੱਦ ਤੋਂ ਵੇਲੋ ਨੂੰ ਕਿੰਨੀ ਉੱਚੀ ਹੈ ਜੀ ਤਾਂ। ਆ ਦੇਖੋ ਜੀ, ਆ ਦੇਖੋ ਜੀ, ਤੇ ਭਾਜੀ ਵਰੇ ਕਿੰਨਾ ਕਰਦੀ ਦੁੱਧ? ਦੁੱਧ 20 ਪਲੱਸ ਵਾਲੀ ਆ। ਇਹ ਵੀ 20 ਪਲੱਸ ਵਾਲੀ ਆ? ਜਿਗਾੜ ਵਿੱਚ ਬਹੁਤ ਤਾੜੇ ਜੀ, ਜਿਗਾੜ ਦੀ ਬੋੜੇ ਅੰਬਰਸਰ ਆਸੇ ਲਈਆਂ ਸ਼ੌਂ ਨਾ ਭਾਜੀ ਛੱਡਣ। ਬਸ ਥੋੜਾ ਨਹੀਂ ਯਾਰ, ਤਾਂ ਮੇਲਾ ਵੇਖਣ ਨੂੰ ਨਹੀਂ ਗਏ, ਮੇਰਾ ਇਰਾਦਾ ਮੈਂ ਚੱਲ ਬਹੁਤ ਜਿਆ ਨਹੀਂ ਭਾਜੀ, ਚਲੋ ਜ਼ਿਆਦਾ ਨਹੀਂ 4 ਕਿ ਜਾਣਾ ਮਰੀ ਇਹੋ ਜਿਹਾ ਮੇਲਾ ਮੁੱਲ ਵਿੱਚ। ਬਿਲਕੁਲ ਭਾਜੀ ਬਿਲਕੁਲ। ਤੇ ਫਿਰ ਇਹਦੀ ਕੀਮਤ ਵੀ ਉਹਦੀ? ਇਹ ਉਧਰ ਵੀ ਵੀਡੀਓ ਤੇ ਭਾਈ ਗੱਬਣ ਸੀ ਕੱਟੀ। ਕੀਮਤ ਉਹਦੀ ਜੀ? ਕੀਮਤ ਇਹਦੀ ਵੀਰ ਜੀ ਮੌਕੇ ਦੇ ਉੱਤੇ ਕਰ ਲਾਂਗੇ ਭਾਜੀ, ਇਹ ਜ਼ਿਆਦਾ ਨਹੀਂ 1.5 ਲੱਖ ਦੀ ਝੋਟੀ ਦੇ ਦਾਂ। 1.5 ਲੱਖ ਦੀ? ਉੱਥੇ 8 ਲੱਖ ਮੰਗਣਗੇ ਇਹੋ ਜਿਹੀ ਦਾ ਅੰਬਰਸਰ। ਬਿਲਕੁਲ 1.5 ਲੱਖ ਦੀ ਕੱਟੀ ਦੇ ਦਾਂ। ਵਾਹ ਜੀ ਵਾਹ।
ਇਹਨੇ ਦੁੱਧ 20 ਕਿਲੋ ਮਤਲਬ ਘਰ ਚ 18 ਕਿਲੋ ਬੋਲੀ ਹੈ 17 ਕਿਲੋ ਬੋਲੀ ਤੇ ਮਰ ਜੀ ਘਾਬਰ ਦੀ 18 17 ਕਿਲੋ ਬੋਲੀ ਹੈ ਹੁਣ ਕੱਟੀ ਠੀਕ ਹੈ ਜੀ ਹਾਂਜੀ ਅੱਜ ਸੂਈ ਨੇ ਇਹਨੂੰ ਵਸਾਖੀਆਂ ਦੋ ਦਿਨ ਪਹਿਲਾਂ ਦੀ ਸੂਈ ਜੀ ਕਟਾ ਆ ਗਿਆ ਮਾ ਹਣਾ ਜੀ ਮਗਰ ਇਹਦੇ ਕਟਾ ਜੀ 1.5 ਲੱਖ ਦੀ ਕੱਟੀ ਦੇ ਦਾਂ ਜੀ ਮੋਲ ਨੂੰ ਜਨਮ ਇਧਰ ਆ ਜੀ ਇਹ ਉਦੋਂ ਮਿੱਤੀ ਵੀਡੀਓ ਤੇ ਪਾਈ ਗੱਬਣ ਸੀ ਕੱਟੀ ਅੱਛਾ ਜੀ ਹਾਂਜੀ ਇਹ ਸੂਪੀ ਵਸਾਖੀਆਂ ਦੋ ਤਿੰਨ ਦਿਨ ਪਹਿਲਾਂ ਠੀਕ ਹੈ ਜੀ ਨਾ ਸੌਰੀ ਵਸਾਖੀਆਂ ਉਹ ਸੂਈ ਦੋ ਦਿਨ ਇਹ ਪਰਸੋਂ ਰਾਤ ਦੀ ਸੂਈ ਜੀ ਅੱਛਾ ਪਰਸੋਂ ਰਾਤ ਦੀ ਸੂਈ ਠੀਕ ਠੀਕ ਹੈ ਜੀ ਇਹ ਸੂਆ ਜੀ ਪਹਿਲਾ ਚੌਕੀ ਹੁਣ ਫੜ ਕੇ ਦੇਖ ਲਓ ਪਹਿਲਾ ਚਾਰ ਦੰਦ ਹੈ ਜੀ ਗਾੜ ਦੇਖ ਲੈ ਆ ਦੇਖੋ ਜੀ ਪਹਿਲਾ ਸੂਆ ਚਾਰ ਦੰਦ ਬਿਲਕੁਲ ਜੈੱਡ ਬਲੈਕ ਬਹੁਤ ਸੋਹਣੀ ਝੋਟੀ ਹੈ ਜੀ ਤੇ ਬਾਕੀ ਸਿੰਘ ਦੇਖੋ ਆ ਦੇਖੋ ਜੀ ਆ ਦੇਖੋ ਆ ਵੇ ਲੱਗਦਾ ਹੈ ਬੱਚਾ ਹਾਂ ਜੀ ਹਾਂ ਬਿਲਕੁਲ ਆ ਦੇਖੋ ਉਧਰ ਕੱਪੜ ਸੀ ਪਿੱਛੇ ਬਿਲਕੁਲ ਜੀ ਬਿਲਕੁਲ ਆ ਦੇਖੋ ठीक है जी इनकी फिर कीमत जी कीमत अंबरसर वाली करिए कि जी थोड़ा देर वाली करिए ਅੰਮ੍ਰਿਤਸਰ ਤੇ ਮਿਲਦੀ ਇਹੋ ਜੀ 4 3.5 4 ਲੱਖ ਦੀ ਦੇ ਹਾਂਜੀ ਇੱਥੇ 1.35 ਦੀ ਝੋਟੀ ਦੇ ਦਾਂ 1,35,000 ਦੀ ਵੇਖ ਲਓ ਜੀ ਗਾੜ ਬਹੁਤ ਸੋਹਣੀ ਬਾ ਠੀਕ ਹੈ ਜੀ ਇਧਰ ਆ ਜੀ ਇਹ ਵਾਲੀ ਜੀ ਇਹ ਵੀ ਮਿੱਤੀ ਪਹਿਲਾ ਸੂਆ 4 ਦੰਦ ਜੇ ਮੂੰਹ ਤੋਂ ਅੱਛਾ ਜੀ 15 ਕਿਲੋ ਦੁੱਧ ਤਿਆਰ ਜੇ ਹੁਣ 15 ਕਿਲੋ ਤਿਆਰ ਹੈ ਜੀ ਚੋਣ ਵਾਲਾ ਤਿਆਰ ਜੇ ਬਾਈ ਠੀਕ ਹੈ ਜੀ ਬਾਤ बहुत सोहना रेट है जी देखो 15 किलो ऐसा दुध है ना जी पूरा ठीक है पहला सूआ है जी ਠੀਕ ਹੈ ਜੀ ਪਹਿਲਾ ਸੂਆ 2 ਦੰਦ ਜੇ ਮੂੰਹ ਤੋਂ ਅੱਛਾ ਜੀ ਦੁੱਧ ਹੁਣ ਇਹਦੇ ਕੋ 13 ਕਿ ਲੀਟਰ ਜੇ ਚੋਣ ਵਾਲਾ ਮਤਲਬ 12 ਤੋਂ ਬਾਹਰ ਜੇ ਤੇ 13 14 ਕਿਲੋ ਦੁੱਧ ਜੇ ਇਹਦਾ ਤਾਂ ਹੈਗਾ ਹੈ ਜੀ ਹਾਂਜੀ ਦੋਂਦੀ ਆ ਮੂੰਹ ਤੋਂ ਭਾਜੀ ਠੀਕ ਹੈ 2 ਦੰਦ ਦਾ ਹਾਂ 2 ਦੰਦ ਦਾ ਕੋਈ ਇਹ ਵੀ ਖੋਲੋ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਉਹ ਤਾਜੀ ਮਗਾੜੀ ਤਾਜੀ ਆ ਦੇਖੋ ਜੀ ਆ ਦੇਖੋ ਤੇ ਭਾਜੀ ਫਿਰ ਇਹਦੀ ਕੀਮਤ ਇਹਦੀ ਛੋਟੀ ਜੀ ਕੀਮਤ ਕਰ ਹਾਂਜੀ ਛੋਟੀ ਤੇ 1,05,000 ਦੀ ਦੇ ਦਿੰਦੇ 1,05,000 ਦੀ ਛੋਟੀ ਵੇਚ ਲਓ ਕਿੱਡੀ ਹੈ ਭਾਜੀ 1,05,000 ਦੀ ਇਹੋ ਜੀ ਛੋਟੀ ਤੇ ਹੁਣ 2.5 ਲੱਖ ਦੀਆਂ 2.25 ਲੱਖ ਦੀਆਂ ਅੰਮ੍ਰਿਤਸਰ ਵਿਕੀਆਂ ਵੇਖਦੇ ਜੀ ਵੇਖਦੇ 1,05,000 ਦੀ ਦੇ ਦਾਂਗੇ ਚਲੋ ਠੀਕ ਹੈ ਹਾਂਜੀ ਬਸ ਆਹੀ ਪਸ਼ੂ ਜੀ ਇਹੋ ਹੀ ਪਸ਼ੂ ਦੇਖੋ ਜੀ ਬੜੇ ਸੋਹਣੇ ਪਸ਼ੂ ਹੈ ਜੀ ਤੇ ਵੀਰਾਂ ਚਲੋ ਜਿਸ ਤਰ੍ਹਾਂ ਪਸ਼ੂ ਹੈ ਉਸ ਤਰ੍ਹਾਂ ਮੁੱਲ ਵੀ ਜਾਇਜ਼ ਹੀ ਕੀਤਾ ਠੀਕ ਹੈ ਜੀ ਤੇ ਆਹ ਛੋਟੀ ਤੁਸੀਂ ਇੱਕ ਵਾਰੀ ਫੇਰ ਦੇ ਦਰਸ਼ਨ ਕਰੋ ਜੀ 25 ਕਿਲੋ ਲਗਭਗ ਝੋਟੇ ਰਿਕਾਰਡ ਆ ਦੁੱਧ ਦਾ ਆ ਦੇਖੋ ਠੀਕ ਹੈ ਚਲੋ ਭਾਜੀ ਹੋਰ ਕੋ ਜੀ ਫਿਰ ਜੀ ਹੋਰ ਵੀ ਜੀ ਬਸ ਠੀਕ ਹੈ ਜੀ ਪਿੰਡ ਆਪਣਾ ਜੈਤੋ ਸਰਜਾ ਜੀ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅੱਛਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਵੀ ਮਤਲਬ 3 ਕਿਲੋਮੀਟਰ ਲੈਂਦੇ ਪਾਸੇ ਨਾਗੀਆਣਾ ਸਾਹਿਬ ਤੋਂ ਚੜ੍ਹਦੇ ਪਾਸੇ 3 ਕਿਲੋਮੀਟਰ ਜੀ ਗੁਰਦੁਆਰੇ ਸਾਹਿਬ ਆਪਣੇ ਅਸੀਂ ਵਿਚਾਲੇ ਆ ਗਏ ਹਾਂਜੀ ਬਟਾਲਾ ਵੀ 8-9 ਕਿਲੋਮੀਟਰ ਦੇ ਮਹਿਤਾ ਚੌਂਕ ਵੀ 8-9 ਕਿਲੋ ਠੀਕ ਹੈ ਜੀ ਬਸ ਇਹੋ ਹੀ ਜੀ ਇਹ ਮਾਲ ਆ ਤੁਹਾਡੇ ਸਾਹਮਣੇ ਸਾਫ਼ ਸੁਥਰਾ ਮਾਲ ਆ ਜੀ ਇਹੋ ਕੁਛ ਸਤਿ ਸ਼੍ਰੀ ਅਕਾਲ